ਜਦੋਂ ਰਣਜੀਤ ਸਿੰਘ ਦੀ ਉਮਰ ਸਿਰਫ 12 ਸਾਲਾਂ ਦੀ ਸੀ, ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਫਿਰ ਉਹਨਾਂ ਨੂੰ ਆਪਣੇ ਪਿਤਾ ਦੀ ਸ਼ੁਕਰ ਚੱਕਿਆ ਮਿਸਲ ਵਿਰਾਸਤ ਵਿੱਚ ਮਿਲੀ। ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੀ ਮਹਾਰਾਜ ਕੌਰ ਨੇ ਕੀਤਾ ਅਤੇ ਇਹਨਾਂ ਨੇ ਲਖਪਤ ਰਾਏ ਨਾਲ ਸ਼ੁਕਰ ਚੱਕਿਆ ਮਿਸਲ ਦੀ ਸਾਂਭ ਸੰਭਾਲ ਕੀਤੀ। ਜਦੋਂ ਰਣਜੀਤ ਸਿੰਘ ਮਹਿਜ 13 ਸਾਲਾਂ ਦੇ ਸਨ, ਉਹਨਾਂ ਉੱਤੇ ਹਸ਼ਮਤ ਖਾਨ ਨਾਂ ਦੇ ਇੱਕ ਬੰਦੇ ਨੇ ਹਮਲਾ ਕਰ ਦਿੱਤਾ, ਪਰ ਇਹ ਇੰਨੇ ਦਲੇਰ ਸਨ ਕਿ ਇਹਨਾਂ ਨੇ ਉਲਟਾ ਹਸ਼ਮਤ ਖਾਨ ਨੂੰ ਹੀ ਮਾਰ ਦਿੱਤਾ। ਜਦੋਂ ਰਣਜੀਤ ਸਿੰਘ 18 ਸਾਲਾਂ ਦੇ ਸਨ, ਉਹਨਾਂ ਦੀ ਮਾਂ ਰਾਜ ਕੌਰ ਦੀ ਮੌਤ ਹੋ ਗਈ ਅਤੇ ਲਖਪਤ ਰਾਏ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਤੋਂ ਬਾਅਦ ਉਹਨਾਂ ਦੀ ਪਹਿਲੀ ਪਤਨੀ ਮਹਿਤਾਬ ਕੌਰ ਦੀ ਮਾਂ ਸਦਾ ਕੌਰ ਨੇ ਉਹਨਾਂ ਦੀ ਮਦਦ ਕੀਤੀ। ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਵਿਆਹ ਗੁਰਬਖਸ਼ ਸਿੰਘ ਕਨਈਆ ਅਤੇ ਸਦਾ ਕੌਰ ਦੀ ਇਕਲੌਤੀ ਬੇਟੀ ਮਹਿਤਾਬ ਕੌਰ ਨਾਲ 1799 ਈਸਵੀ ਵਿੱਚ ਹੋਇਆ। ਮਹਿਤਾਬ ਕੌਰ ਕਨਈਆ ਮਿਸਲ ਦੇ ਸੰਸਥਾਪਕ ਜੈ ਸਿੰਘ ਕਨਈਆ ਦੀ ਪੋਤੀ ਸੀ। ਮਹਿਤਾਬ ਕੌਰ ਰਣਜੀਤ ਸਿੰਘ ਦੇ ਨਾਲ ਕਦੇ ਖੁਸ਼ ਨਹੀਂ ਰਹੀ, ਕਿਉਂਕਿ ਉਹ ਇਹ ਗੱਲ ਕਦੇ ਨਹੀਂ ਭੁੱਲ ਸਕੀ ਕਿ ਉਸਦੇ ਪਿਤਾ ਦੀ ਮੌਤ ਰਣਜੀਤ ਸਿੰਘ ਦੇ ਪਿਤਾ ਦੇ ਖਿਲਾਫ ਜੰਗ ਵਿੱਚ ਹੋਈ। ਉਹ ਜ਼ਿਆਦਾਤਰ ਆਪਣੀ ਮਾਂ ਨਾਲ ਹੀ ਰਹਿੰਦੀ ਸੀ। ਮਹਿਤਾਬ ਕੌਰ ਦੇ 3 ਪੁੱਤਰ ਸਨ, ਈਸ਼ਰ ਸਿੰਘ ਜਿਸ ਦਾ ਜਨਮ 1804 ਈਸਵੀ ਵਿੱਚ ਹੋਇਆ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ 2 ਜੁੜਵਾ ਪੁੱਤਰ ਹੋਏ 1807 ਵਿੱਚ, ਜਿਨ੍ਹਾਂ ਦਾ ਨਾਂ ਸ਼ੇਰ ਸਿੰਘ ਅਤੇ ਤਾਰਾ ਸਿੰਘ ਰੱਖਿਆ ਗਿਆ। ਇੱਕ ਇਤਿਹਾਸਕਾਰ ਦੇ ਮੁਤਾਬਕ ਉਹ ਇਕਲੌਤੀ ਸੀ ਜਿਸ ਨੂੰ ਮਹਾਰਾਣੀ ਦਾ ਦਰਜਾ ਮਿਲਿਆ। ਉਸ ਦੀ ਮੌਤ 1813 ਈਸਵੀ ਵਿੱਚ ਹੋ ਗਈ।